ਸਕਾਈਨਿਸ ਪੰਜਾਬ ਦੇ ਫਿਰ ਦਰਸ਼ਕਾਂ ਦਾ ਸਵਾਗਤ ਹੈ ਦਰਸ਼ਕੋ ਮੈਂ ਤੁਹਾਡਾ ਹੋਸਟ ਨੀਲ ਭਲਿੰਦਰ ਸਿੰਘ ਦੋ ਦਿਨਾਂ ਤੋਂ ਵੱਡੀ ਖਬਰ ਜਿਹੜੀ ਹੈ ਉਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਖਬਰ ਇਹ ਹੈ ਕਿ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਹੁੰਦੀ ਹੈ ਪੰਜਾਬ ਪੁਲਿਸ ਨੇ ਕੱਲ ਹੀ ਇਹ ਦਾਅਵਾ ਕੀਤਾ ਹੈ ਪੰਜਾਬ ਸਰਕਾਰ ਨੇ ਕਿ ਉਹਨਾਂ ਵੱਲੋਂ 10 ਦਿਨ ਪਹਿਲਾਂ ਯਾਨੀ ਕਿ ਹੱਤਿਆ ਤੋਂ 10 ਦਿਨ ਪਹਿਲਾਂ ਯਾਨੀ ਕਿ 19 ਮਈ 2022 ਨੂੰ ਸੀਬੀਆਈ ਨੂੰ ਬਕਾਇਦਾ ਤੌਰ ਤੇ ਇੱਕ ਚਿੱਠੀ ਭੇਜੀ ਗਈ ਸੀ ਜਿਸ 'ਚ ਉਹਨਾਂ ਨੇ ਮੰਗ ਕੀਤੀ ਸੀ ਕਿ ਗੋਲਡੀ ਬਰਾੜ ਜਿਸਨੇ ਕਿ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ ਕਿ ਉਸ ਨੂੰ ਇੰਟਰਪੋਲ ਯਾਤਰਾ ਹੀ ਭਾਰਤ ਬੁਲਾਉਣ ਦੀ ਕਵਾਇਸ਼ ਸ਼ੁਰੂ ਕਰਨ ਵਾਸਤੇ ਜਿਹੜੀ ਮੁੜਦੇ ਤੌਰ 'ਤੇ ਲੋੜੀਂਦੀ ਕਾਰਵਾਈ ਹੁੰਦੀ ਹੈ ਰਿਹਾਇਸ਼ ਕਿ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਜਾਏ ਇਸ ਤਰੀਕੇ ਨਾਲ ਪੰਜਾਬ ਸਰਕਾਰ ਨੇ ਇੱਕ ਤਰ੍ਹਾਂ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਸੀ ਕਿ ਜੇਕਰ ਉਹਨਾਂ ਦੀ ਇਹ ਮੰਗ ਸੀ ਬੀ ਆਈ ਨੇ ਸਮੇਂ ਸਿਰ ਮੰਨ ਲਈ ਹੁੰਦੀ ਤਾਂ ਸ਼ਾਇਦ ਸਿੱਧੂ ਮੂਸੇਵਾਲਾ ਦੀ ਜਾਨ ਬਚ ਸਕਦੀ ਸੀ ਕਿਉਂ ਕਿਉਂਕਿ ਜੇਕਰ ਸੱਚੀ ਮੁੱਚੀ ਹੀ ਗੋਲਡੀ ਬਰਾੜ ਇਸ ਸਾਰੀ ਸਾਜਿਸ਼ ਦੇ ਪਿੱਛੇ ਹੈ ਤਾਂ ਹੋ ਸਕਦਾ ਹੈ ਕਿ ਜੇਕਰ ਉਸਦਾ ਰੈੱਡ ਕਾਰਨਰ ਨੋਟਿਸ ਜੋ ਕਿ ਇੱਕ ਪ੍ਰਕਿਰਿਆ ਹੈ ਇੰਟਰਪੋਲ ਜੋ ਕਿ ਇੰਟਰਨੈਸ਼ਨਲ ਪੁਲਿਸ ਨੂੰ ਕਿਹਾ ਜਾਂਦਾ ਹੈ ਕਿ ਉਸ ਰਾਹੀਂ ਹੀ ਕੋਈ ਵੀ ਮੁਲਕ ਦੂਜੇ ਮੁਲਕ 'ਚੋਂ ਬੰਦੇ ਨੂੰ ਫੜ ਕੇ ਲੈ ਕੇ ਆ ਸਕਦਾ ਹੈ ਇਹ ਇੱਕ ਜ਼ਰੀਆ ਹੈ ਕਿ ਜੇਕਰ ਉਹ ਸ਼ੁਰੂ ਹੋ ਜਾਂਦੀ ਤਾਂ ਸ਼ਾਇਦ ਉਹ ਡਿਫੈਂਸਿਵ ਹੋ ਜਾਂਦਾ ਤਾਂ ਸ਼ਾਇਦ ਜੇਕਰ ਉਸਨੇ ਕੋਈ ਸ਼ੂਟਰ ਪਲਾਂਟ ਕੀਤੇ ਸੀ ਸਿੱਧੂ ਮੂਸੇਵਾਲਾ ਨੂੰ ਮਾਰਨ ਵਾਸਤੇ ਤਾਂ ਸ਼ਾਇਦ ਉਹਨਾਂ ਨੂੰ ਹੋਲਡ ਕਰ ਲੈਂਦਾ ਕੱਲ੍ਹ ਤੱਕ ਮਾਹੌਲ ਇੱਕਦਮ ਇਸ ਤਰ੍ਹਾਂ ਦਾ ਬਣ ਗਿਆ ਕਿ ਪੰਜਾਬ ਪੁਲਿਸ ਦੁੱਧ ਧੋਪ ਸਾਬਤ ਹੋ ਗਈ ਮਿੰਟਾਂ 'ਚ ਕਿ ਸ਼ਾਇਦ ਪੰਜਾਬ ਪੁਲਿਸ ਨੇ ਤਾਂ ਆਪਣੇ ਵੱਲੋਂ ਕੋਈ ਕਸਰ ਛੱਡੀ ਹੀ ਨਹੀਂ ਸੀ ਹਾਲਾਂਕਿ ਪੰਜਾਬ ਪੁਲਿਸ ਤਾਂ ਇਹ ਵੀ ਕਹਿ ਰਹੀ ਸੀ ਕਿ ਅਸੀਂ ਇਸ ਪੁਰਾਣੇ ਮਾਮਲਿਆਂ 'ਚ ਮੰਗਿਆ ਸੀ ਗੋਲਡੀ ਬਰਾੜ ਪਰ ਲੇਕਿਨ ਹੁਣ ਤਾਰਾ ਸਿੱਧੂ ਮੂਸੇਵਾਲੇ ਕੇਸ ਨਾਲ ਜੁੜ ਗਈ ਆ ਤਾਂ ਇਸ ਕਰਕੇ ਜੇਕਰ ਸਮੇਂ ਸਿਰ ਕਾਰਵਾਈ ਹੋ ਜਾਂਦੀ ਤਾਂ ਬਹੁਤ ਵੱਡਾ ਜਿਹੜਾ ਬਚਾਅ ਹੋ ਜਾਣਾ ਸੀ ਪਰ ਅੱਜ ਬਕਾਇਦਾ ਤੌਰ 'ਤੇ ਸੀ ਬੀ ਆਈ ਨੇ ਇਸ ਗੱਲ ਦਾ ਜਵਾਬ ਦਿੱਤਾ ਹੈ ਸੀ ਬੀ ਆਈ ਦਾ ਜਵਾਬ ਮੇਰੇ ਹੱਥ 'ਚ ਹੈ ਸੀ ਬੀ ਆਈ ਨੇ ਸਪਸ਼ਟ ਕਿਹਾ ਕਿ ਪੰਜਾਬ ਪੁਲਿਸ ਦੀ ਗੋਲਡੀ ਬਰਾੜ ਨੂੰ ਲੈ ਕੇ ਆਉਣ ਵਾਸਤੇ ਇੰਟਰਪੋਲ ਦੀ ਮਦਦ ਹਿੱਤ ਰੈੱਡ ਕਾਰਨਰ ਨੋਟਿਸ ਲਈ ਬੇਨਤੀ ਮਿਲੀ ਜ਼ਰੂਰ ਹੈ ਪਰ ਮਿਲੀ ਕਦੋਂ ਹੈ 30 ਮਈ 2022 ਨੂੰ ਦੁਪਹਿਰੇ 12:30 ਵਜੇ ਦੇ ਕਰੀਬ ਜਿਹਦਾ ਮਤਲਬ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਹੋਣ ਤੋਂ 15-16-17 ਘੰਟੇ ਬਾਅਦ ਸ਼ਾਮ ਦੇ ਸਮੇਂ ਹੱਤਿਆ ਹੁੰਦੀ ਹੈ ਤਾਂ 30 ਮਈ ਨੂੰ ਬਕਾਇਦਾ ਤੌਰ ਦੇ ਉੱਤੇ ਇਹ ਪੰਜਾਬ ਪੁਲਿਸ ਦਾ ਕਮਿਊਨੀਕੇਸ਼ਨ ਈਮੇਲ ਰਾਹੀਂ ਮਿਲਿਆ ਜਿਸ ਤੋਂ ਪੰਜਾਬ ਪੁਲਿਸ ਝੁਟਲਾ ਨਹੀਂ ਸਕਦੀ ਜਿਸ ਨੂੰ 12:25 ਦਾ ਸਮਾਂ ਹੈ ਅਤੇ ਜਿਸ ਦੇ ਵਿੱਚ ਹੀ 19 ਮਈ 2022 ਦੀ ਜਿਹੜੀ ਇਹੀ ਕਮਿਊਨੀਕੇਸ਼ਨ ਕਹਿ ਰਹੀ ਹੈ ਪੰਜਾਬ ਪੁਲਿਸ ਇਹਦੀ ਵੀ ਕਾਪੀ ਸਕੈਨ ਕਰਕੇ ਅਟੈਚ ਕੀਤੀ ਹੋਈ ਹੈ ਅਤੇ ਇਹਦੀ ਹਾਰਡ ਕਾਪੀ ਵੀ 30 ਮਈ ਨੂੰ ਹੀ ਜਿਹੜਾ ਆਈਪੀਸੀਯੂ ਹੈ ਇੰਟਰਨੈਸ਼ਨਲ ਪੁਲਿਸ ਜਿਹੜਾ ਕੋਆਰਡੀਨੇਸ਼ਨ ਯੂਨਿਟ ਹੈ ਜਿਹੜਾ ਸੀ ਬੀ ਆਈ ਦਾ ਕਿ ਉਸ ਕੋਲ ਪਹੁੰਚਦੀ ਹੈ ਕਹਿਣ ਦਾ ਮਤਲਬ ਕਿ ਸੀ ਬੀ ਪੰਜਾਬ ਪੁਲਿਸ ਨੂੰ ਹੋਸ਼ ਹੀ 29 ਮਈ ਸ਼ਾਮ ਨੂੰ ਉਦੋਂ ਆਈ ਜਦੋਂ ਸਿੱਧੂ ਮੂਸੇਵਾਲਾ ਨੂੰ ਗੋਲੀਆਂ ਮਾਰ ਕੇ ਮਾਰਿਆ ਜਾ ਚੁੱਕਾ ਸੀ ਉਸ ਤੋਂ ਬਾਅਦ ਅਗਲੇ ਦਿਨ ਜਦੋਂ ਦਫ਼ਤਰ ਖੋਲ੍ਹਿਆ ਹੋਏਗਾ ਅਤੇ ਉਦੋਂ ਜਾ ਕੇ ਫਟਾਫਟ ਇਹ ਈਮੇਲ ਸੀ ਬੀ ਆਈ ਨੂੰ ਭੇਜੀ ਹੋਏਗੀ ਅਤੇ ਨਾਲ ਹੀ ਸਕੈਨ ਕਰਕੇ ਸ਼ਾਇਦ ਉਹ ਰੱਖੀ ਰਹਿੰਦੀ ਹੋਏਗੀ ਲੱਗਦਾ ਤਾਂ ਇਹੀ ਹੈ ਕਿ ਜੇਕਰ 19 ਤਰੀਕ ਦੀ ਚਿੱਠੀ ਦੱਸਦੇ ਨੇ ਕਿ ਅਸੀਂ ਭੇਜੀ ਹੈ ਭੇਜਣੀ ਹੈ ਤਾਂ ਭੁੱਲ ਗਏ ਜਾਂ ਹਫੜਾ ਦਫੜੀ 'ਚ ਤਿਆਰ ਕੀਤੀ ਹੈ ਕਿਸੇ ਅਫਸਰ ਦੇ ਦਸਤਖਤ ਨਹੀਂ ਹੋਣੇ ਉਹ ਚਿੱਠੀ ਪਈ ਰਹਿ ਗਈ ਹੋਏਗੀ ਨਾਲ ਹੀ ਨਾਲ ਉਹ ਚਿੱਠੀ ਪੂਰੀ ਤਿਆਰ ਵਰ ਤਿਆਰ ਕਰਕੇ ਉਸ ਨੂੰ ਸਕੈਨ ਕੀਤਾ ਸਕੈਨ ਕਰਕੇ ਫਿਰ ਉਹ ਸੀ ਬੀ ਆਈ ਨੂੰ ਮੇਲ ਕੀਤੀ ਜੋ ਕਿ 12:25 'ਤੇ ਸੀ ਬੀ ਆਈ ਦੇ ਰਿਕਾਰਡ ਮੁਤਾਬਕ ਉਹਨਾਂ ਨੂੰ ਮਿਲਦੀ ਹੈ ਯਾਨੀ ਕਿ 12:25 'ਤੇ ਹੀ ਭੇਜੀ ਗਈ ਹੈ ਸੋ ਇਹ ਇੱਕ ਜਿਹੜਾ ਵੱਡਾ ਜਵਾਬ ਸੀ ਬੀ ਆਈ ਨੇ ਪੰਜਾਬ ਪੁਲਿਸ ਨੂੰ ਦਿੱਤਾ ਹੈ ਹਾਲਾਂਕਿ ਸੀ ਬੀ ਆਈ ਦੇ ਉੱਤੇ ਕਿਉਂਕਿ ਕੱਲ੍ਹ ਦੀਆਂ ਉਂਗਲਾਂ ਉੱਠ ਰਹੀਆਂ ਸਨ ਸਕਾਈ ਨਿਊਜ਼ ਨੇ ਵੀ ਇਹ ਗੱਲ ਪ੍ਰਮੁੱਖਤਾ ਨਾਲ ਕਹੀ ਸੀ ਕਿ ਜੇਕਰ ਪੰਜਾਬ ਪੁਲਿਸ ਸੱਚ ਬੋਲ ਰਹੀ ਹੈ ਕਿ ਗੋਲਡੀ ਬਰਾੜ ਨੂੰ ਕੈਨੇਡਾ ਤੋਂ ਲਿਆਉਣ ਵਾਸਤੇ ਜੇਕਰ ਸੀ ਪੰਜਾਬ ਪੁਲਿਸ ਨੇ ਤਰਦਤ ਕਰ ਹੀ ਲਿਆ ਸੀ ਮੰਨਿਆ ਕਿ 2020 ਦੇ ਪੁਰਾਣੇ ਕੇਸ ਸੀ ਉਹਨਾਂ ਕੇਸਾਂ ਵਿੱਚ ਹੀ ਤਰਦਤ ਕਰ ਲਿਆ ਸੀ ਤਾਂ ਜੇਕਰ ਉਸ 'ਤੇ ਹੀ ਗੌਰ ਹੋ ਜਾਂਦੀ ਇੱਥੋਂ ਤੱਕ ਕਿ 29 ਮਈ ਸੁਬਾਹ ਤੱਕ ਵੀ ਦੁਪਹਿਰ ਤੱਕ ਵੀ ਗੌਰ ਹੋ ਜਾਂਦੀ ਅਤੇ ਗੋਲਡੀ ਬਰਾੜ ਜਾਂ ਉਹਦੇ ਆਲੇ ਦੁਆਲੇ ਦੇ ਬੰਦਿਆਂ ਨੂੰ ਇੱਕ ਭਿਣਕ ਪੈ ਜਾਂਦੀ ਕਿ ਇੰਟਰਪੋਲ ਰਾਹੀਂ ਜਿਹੜਾ ਰੈੱਡ ਕਾਰਨਰ ਨੋਟਿਸ ਹੋ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਉਹ ਡਿਫੈਂਸਿਵ ਹੋ ਜਾਂਦਾ ਤਾਂ ਐਕਸ਼ਨ ਨੂੰ ਹੋਲਡ ਕਰ ਲੈਂਦਾ ਪੌਜ਼ ਕਰ ਲੈਂਦਾ ਅਤੇ ਆਪਣੇ ਸ਼ੂਟਰ ਵਾਪਸ ਬੁਲਾ ਲੈਂਦਾ ਪਰ ਅਸੀਂ ਵੀ ਗਲਤ ਸਾਬਤ ਹੋਏ ਕਿਉਂਕਿ ਅਸੀਂ ਪੰਜਾਬ ਪੁਲਿਸ ਦੀ ਪੰਜਾਬ ਸਰਕਾਰ ਦੀ ਉਸ ਗੱਲ ਉੱਤੇ ਜਿਹੜਾ ਹੈ ਭਰੋਸਾ ਕਰਕੇ ਚੱਲ ਰਹੇ ਸੀ ਕਿ ਉਹਨਾਂ ਨੇ 19 ਤਾਰੀਖ ਨੂੰ ਜਿਹੜੀ ਆ 19 ਮਈ ਨੂੰ ਇਹ ਕਮਿਊਨੀਕੇਸ਼ਨ ਭੇਜੀ ਹੈ ਸੀ ਬੀ ਆਈ ਨੂੰ ਔਰ ਸੀ ਬੀ ਆਈ ਨੇ ਅੱਜ ਪੰਜਾਬ ਪੁਲਿਸ ਪੰਜਾਬ ਸਰਕਾਰ ਦੋਵਾਂ ਨੂੰ ਬੇਪਰਦ ਕਰਕੇ ਰੱਖ ਦਿੱਤਾ ਹੈ ਅਤੇ ਨਾਲ ਹੀ ਇੱਕ ਗੱਲ ਹੋਰ ਦੱਸਣ ਵਾਲੀ ਹੈ ਜਿਹੜੀ ਖਬਰਾਂ ਦੀ ਖਬਰ ਹੈ ਕਿ ਇਸ 'ਤੇ ਕਾਰਵਾਈ ਕਰਦਿਆਂ 30 ਤਰੀਕ ਨੂੰ ਮਿਲੀ ਤਾਂ 2 ਜੂਨ ਨੂੰ ਸੀ ਬੀ ਆਈ ਬਕਾਇਦਾ ਤੌਰ 'ਤੇ ਇੰਟਰਨੈਸ਼ਨਲ ਜਿਹੜਾ ਹੈੱਡਕੁਆਰਟਰ ਲੰਚ ਹੈ
इंटरपोल का उन्होंने ये कम्यूनीकेट कर भी चुकी है कि सानू ये हरविंदर सिंह रिंडा जो कि मोहाली वाला अटैक तुम याद होगा जोड़ा इंटैलीजेंस हैडक्वाटर के उत्ते होया उस वास्ते भी रेड कॉर्नर नोटिस जारी करने वास्ते उन्होंने कम्यूनीकेट कर दिता है। सो ये एक वड्डा खुलासा है। पर कमाल की गल है कि कल ही सिद्धू मूसेवाले का भोग सी ते कल ही पंजाब पुलिस पंजाब सरकार ते पंजाब पुलिस जिहड़ी है वह इस तरह करके मीडिया नूं ते लोकां नूं गुमराह करन दी कोशिश करन तों भी बाज नहीं आ रही सी। ये बड़ा शर्मनाक है भगवंत सिंह मान तुहाडे लई भी ते तुहाडी सरकार लई भी डी जी पी साहब लई भी ते होर जिन्ने भी अफसर साहबान ने जिसका कि सी बी आई ने जवाब दिता है। हाँ तुहाडा कोई होर सच है तां तुसीं इस इन जिहड़ा चीज़ां दे उत्ते सी बी आई नूं जवाब दे सकदे हो होर पासे दे सकदे हो। तुहानूं अंदर दी इनफॉर्मेशन लीक करनी यानी कि तुम किसी की सिक्योरिटी वापस ले ली कुछ होर कर लिया वो बड़ा बाखूबी आता है। उस शायद लड़ी तहत तुम क्या कि मीडिया तो खबर का भुखा होंगे तो कल शाम को एक शुरली छड़ दो भोग तो पै गया भगत सिंह मूसेवाला का कि ये तो जी सी बी आई करके नहीं होया सी ते ये भी तो मीडिया ने जोड़ा भज के पैना इस खबर में होया भी इस तरह ही मीडिया भज के पे ही पर हूँ अगे थोड़ा मुकाबला सी बी आई नाल सी ते सी बी आई नाल ने अज सारे मीडिया में बकायदा तौर पर चिट्ठी भेज के दुध का दुध तो पानी का पानी कर दिता है कि उन्होंने चिट्ठी सिद्धू मूसेवाला की हत्या तो अगले दिन यानी कि 30 मई में मिली है ना कि 19 तारीख में दोवें तरह ईमेल राही भी तो चिट्ठी पत्री राही भी यानी कि हार्ड कॉपी राही भी। बहुत शुक्रिया जी।